ਮੰਡਲ ਤੇ ਵੱਖ-ਵੱਖ ਥਾਵਾਂ ਤੋਂ ਪਹੁੰਚੇ ਹੋਏ ਬਹੁਤ ਹੀ ਸਤਿਕਾਰਯੋਗ ਸਾਥੀਓ ਅੱਜ ਆਪਾਂ ਭਾਰਤ ਦੇ ਵਿੱਚ ਜਿਸ ਕਿਸਮ ਦਾ ਮਾਹੌਲ ਬਣ ਰਿਹਾ 1914 ਤੋਂ ਲੈ ਕੇ ਹੁਣ ਤੱਕ ਜੋ ਮੋਦੀ ਦੀਆਂ ਨੀਤੀਆਂ ਨੇ ਜਾਂ ਸੰਸਾਰ ਪੱਧਰ ਦੀਆਂ ਜੋ ਕਮਾਊ ਲੋਕਾਂ ਦੇ ਖਿਲਾਫ ਨੀਤੀਆਂ ਨੇ ਭਾਰਤ ਦੇ ਵਿੱਚ ਖਾਸ ਤੌਰ 'ਤੇ ਜੋ ਵਾਪਰਿਆ ਉਹਦੀ ਚੀਰ ਫਾੜ ਕਰਨ ਲਈ ਆਪਾਂ ਇਕੱਤਰ ਹੋਏ ਹਾਂ। ਧੰਨਵਾਦ ਕਰਦੇ ਹਾਂ ਮੋਰਚੇ ਵਾਲਿਆਂ ਦਾ ਕਿ ਸਾਨੂੰ ਟਾਈਮ ਦਿੱਤਾ ਅਤੇ ਅਸੀਂ ਵਿਸ਼ਵਾਸ ਵੀ ਦਿਵਾਉਂਦੇ ਹਾਂ ਕਿ ਪੰਜਾਬ ਜਮਹੂਰੀ ਮੋਰਚੇ ਵੱਲੋਂ ਅਸੀਂ ਬਕਾਇਦਾ ਤੌਰ 'ਤੇ ਅੱਗੇ ਤੋਂ ਸ਼ਾਮਿਲ ਹੋਵਾਂਗੇ ਅਤੇ ਪੰਜਾਬ ਜਮਹੂਰੀ ਮੋਰਚਾ ਇਸ ਗੱਲ ਨੂੰ ਇਹ ਵੀ ਸਮਝਦਾ ਹੈਗਾ ਕਿ ਭਾਵੇਂ ਅਸੀਂ 5-7 ਜਥੇਬੰਦੀਆਂ ਵੱਖ ਵੱਖ ਸਿਆਸੀ ਅਤੇ ਜਾਂ ਜਨਤਕ ਜਥੇਬੰਦੀਆਂ ਦੇ ਵਿੱਚ ਸ਼ਾਮਿਲ ਹਾਂ, ਅਸੀਂ ਸਮਝਦੇ ਹਾਂ ਕਿ ਇਸ ਜਿਹੜਾ ਫਰੰਟ ਆ ਇਹਨੂੰ ਹੇਠਲੇ ਪੱਧਰ ਤੱਕ ਜਨਤਕ ਜਥੇਬੰਦੀਆਂ ਤੱਕ ਸਮਾਜਿਕ ਅਤੇ ਹੋਰ ਜਥੇਬੰਦੀਆਂ ਤੱਕ ਵੀ ਲਿਜਾਇਆ ਜਾਵੇ, ਇਹਦਾ ਰਾਹ ਮੋਕਲਾ ਕੀਤਾ ਜਾਵੇ, ਇਹਨੂੰ ਹੋਰ ਮੋਕਲਾ ਕੀਤਾ ਜਾਵੇ ਤਾਂ ਸਾਨੂੰ ਲੱਗਦਾ ਗਾ ਕਿ ਹੋਰ ਵੀ ਸਾਰਥਕ ਜਿਹੜਾ ਅੱਗੇ ਵੱਧ ਸਕਦਾ ਗਾ। ਸੋ ਜਦੋਂ ਅਸੀਂ ਅੱਜ ਦੇ ਮਾਮਲੇ ਦੇ ਵਿੱਚ ਗੱਲ ਕਰਦੇ ਹਾਂ ਵੱਖ ਵੱਖ ਬੁਲਾਰਿਆਂ ਨੇ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਮੋਦੀ ਸਰਕਾਰ ਦੀਆਂ ਇਹਨਾਂ ਨੀਤੀਆਂ ਦੇ ਖਿਲਾਫ ਜਾਂ ਮੋਦੀ ਸਰਕਾਰ ਦੀਆਂ ਇਹਨਾਂ ਨੀਤੀਆਂ ਨੇ ਇਕੱਲੇ ਇੱਕ ਖੇਤਰ ਦੇ ਵਿੱਚ ਨਹੀਂ, ਇਕੱਲੇ ਪੰਜਾਬ ਵਿੱਚ ਨਹੀਂ, ਪੂਰੇ ਭਾਰਤ ਦੇ ਵਿੱਚ ਆਪਣੀ ਉਹ ਫਾਸੀਵਾਦੀ ਨੀਤੀ ਨੂੰ ਲੈ ਕੇ ਜਦੋਂ ਅੱਗੇ ਵੱਧ ਰਿਹਾ, ਹੁਣ ਲਗਾਤਾਰ ਵੱਧ ਰਿਹਾ ਤਾਂ ਭਾਰਤ ਦੇ ਲੋਕ ਆ ਜਿਹੜੇ ਜਾਂ ਅਸੀਂ ਜਿਹੜੇ ਲੋਕ ਹੈਗੇ ਉਹ ਫਿਰ ਇਹਨਾਂ ਨੀਤੀਆਂ ਦਾ ਮੁਕਾਬਲਾ ਕਰਨ ਲਈ ਕਿਸ ਰੂਪ ਦੇ ਵਿੱਚ ਅੱਗੇ ਆਉਣ। ਤੁਸੀਂ ਵੇਖਿਆ ਹੋਊਗਾ ਕਿ ਭਾਵੇਂ ਉਹ ਫੋਟੋ ਜੀ ਤਾਂ ਨਾ ਖਿੱਚ ਮੇਰੀ ਉਰੇ ਜੀ ਫਿਰ ਮੌਜੂਦਾ ਜੋ ਸੰਸਾਰਕ ਹਾਲਤ ਆ ਸਾਮਰਾਜੀ ਹਮਲੇ ਨੇ ਸੰਸਾਰ ਦੇ ਲੋਕਾਂ ਦੀ ਜਿਹੜੀ ਜ਼ਿੰਦਗੀ ਨੂੰ ਹੋਰ ਵੀ ਬਹੁਤ ਜ਼ਿਆਦਾ ਜਿਹੜੀ ਬਦਤਰ ਬਣਾ ਦਿੱਤਾ ਹੈਗਾ। ਭਾਵੇਂ ਉਹ ਜੰਮੂ ਕਸ਼ਮੀਰ ਦੇ ਮਾਮਲੇ 'ਚ ਦੇਖ ਲਈਏ ਚਾਹੇ ਪੰਜਾਬ ਦੇ ਵੱਖ ਵੱਖ ਮਾਮਲਿਆਂ ਦੇ ਵਿੱਚ ਆਪਾਂ ਦੇਖ ਲਈਏ ਤਾਂ ਮੋਦੀ ਸਰਕਾਰ ਦੀਆਂ ਨੀਤੀਆਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਜੋ ਮਤਲਬ ਸਾਡੀਆਂ ਜੋੜ ਦੀਆਂ ਜਿਹੜੀਆਂ ਹਾਲਤਾਂ ਨੂੰ ਬਹੁਤ ਮਾੜੀ ਹਾਲਤ ਦੇ ਵਿੱਚ ਧੱਕ ਦਿੱਤਾ ਹੈ। ਪਿਛਲੇ ਸਮੇਂ ਦੇ ਵਿੱਚ ਤੁਸੀਂ ਕਰੋਨਾ ਦੇ ਮਾਮਲੇ ਵਿੱਚ ਵੀ ਵੇਖਿਆ ਹੋਊਗਾ ਜਿੱਥੇ ਕਰੋਨਾ ਦੇ ਨਾਂ ਦੇ ਉੱਤੇ ਭਾਰਤ ਦੇ ਲੋਕਾਂ ਨੂੰ ਉਹਦੀ ਬਕਾਇਦਾ ਤੌਰ ਦੇ ਪ੍ਰੋਗਰਾਮ ਦੇ ਵਿੱਚ ਉਸ ਕਿਸਮ ਦੀਆਂ ਊਣਤਾਈਆਂ ਲਿਆ ਕੇ 93 ਕਰੋੜ ਦੇ ਲਗਭਗ ਲੋਕਾਂ ਨੂੰ ਇੱਕ ਮੌਤ ਦੇ ਮੂੰਹ ਦੇ ਵਿੱਚ ਸਿੱਟਣ ਦੀ ਕੋਸ਼ਿਸ਼ ਕੀਤੀ ਗਈ, ਗਰੀਬੀ ਦੀ ਹੇਠਾਂ ਤੋਂ ਚਲੇ ਗਏ ਤਾਂ ਜਿਹੜੀ ਮੋਦੀ ਦੀਆਂ ਨੀਤੀਆਂ ਸੀ ਉਹਨਾਂ ਨੇ ਕਾਰਪੋਰੇਟ ਪੱਖੀ ਉਹਨਾਂ ਨੀਤੀਆਂ ਨੂੰ ਲਾਗੂ ਕਰਕੇ ਆਪਣੇ ਕਾਰਪੋਰੇਟ ਸਹਿਯੋਗੀਆਂ ਨੂੰ ਵੀ ਮਤਲਬ ਇਹਨਾਂ ਦੇ ਵਿੱਚੋਂ ਮੁਨਾਫਾ ਕਮਾਉਣ ਦੀ ਕੋਸ਼ਿਸ਼ ਕੀਤੀ ਹੈ, ਮੁਨਾਫਾ ਕਮਾਇਆ ਵੀ ਹੈਗਾ। ਤਕਰੀਬਨ 1.40 ਕਰੋੜ ਦੇ ਲਗਭਗ ਜਿਹੜਾ ਹੈਗਾ ਗਾ ਉਹਨਾਂ ਨੇ ਆਰਥਿਕ ਇਹਨਾਂ ਕਰੋਨਾ ਦੇ ਨਾਂ ਦੇ ਉੱਤੇ ਹੀ ਉਹਨਾਂ ਜਿਹੜੀਆਂ ਮਤਲਬ ਜਿਹੜੀਆਂ ਹੈਗੀਆਂ ਸੀ ਇਹਨਾਂ ਨੂੰ ਮਤਲਬ ਮੁਨਾਫੇ ਦੇ ਮਤਲਬ ਮੁਨਾਫਾ ਜਿਹੜਾ ਕਾਰਪੋਰੇਟ ਨੀਤੀਆਂ ਨੂੰ ਜਿਹੜਾ ਕਾਰਪੋਰੇਟ ਘਰਾਣਿਆਂ ਨੂੰ ਦਵਾਇਆ ਗਾ। ਸੋ ਭਾਵੇਂ ਜਿਹੜੀ ਅੱਜ ਦੀ ਸਿੱਖਿਆ ਨੀਤੀ ਆ ਉਹਦੇ ਵਿੱਚ ਵੀ ਮਤਲਬ ਉਸ ਕਿਸਮ ਦਾ ਬਦਲਾਅ ਲਿਆ ਕੇ ਸਾਡੇ ਲੋਕਾਂ ਨੂੰ ਸਾਡੇ ਲੋਕਾਂ ਦੇ ਧੋਣੀਆਂ ਨੀਤੀਆਂ ਨੂੰ ਥੋਪਿਆ ਜਾ ਰਿਹਾ ਹੈਗਾ। ਭਾਵੇਂ ਦੂਜੇ ਪਾਸੇ ਬਾਲ ਵੀਰਬਾਲ ਦੇ ਮਤਲਬ ਜਿਹੜਾ ਹੈਗਾ ਉਹਦੇ ਨਾਂ ਦੇ ਉੱਤੇ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਆ ਉਹਨੂੰ ਵੀ ਘੱਟੇ ਰੋਲਿਆ ਜਾ ਰਿਹਾ ਹੈਗਾ। ਦੂਜੇ ਪਾਸੇ ਹਰ ਕਿਸਮ ਦੇ ਉਸ ਕਿਸਮ ਦੇ ਨਾਰੇ ਅਤੇ ਨਾਰੇ ਲਾ ਕੇ ਭਾਰਤ ਦੇ ਲੋਕਾਂ ਨੂੰ ਇੱਕ ਖੂਹ ਦੇ ਵਿੱਚ ਸਿੱਟਿਆ ਜਾ ਰਿਹਾ ਹੈਗਾ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਜਦੋਂ ਇਹ ਜਿਹੀਆਂ ਨੀਤੀਆਂ ਮੋਦੀ ਲੈ ਕੇ ਆ ਰਿਹਾ ਹੈਗਾ ਤਾਂ ਲਾਜ਼ਮੀ ਤੌਰ 'ਤੇ 2004 ਦੇ ਵਿੱਚ ਜਦੋਂ ਭਾਰਤ ਦੇ ਵਿੱਚ ਇੱਕ ਚੀਜ਼ ਨੂੰ ਲੈ ਕੇ ਆਉਂਦਾ ਹੈਗਾ ਕਿ ਕਾਂਗਰਸ ਮੁਕਤ ਭਾਰਤ ਦੀ ਉਸਾਰੀ ਕਰਨੀ ਹੈ, ਦੂਜੇ ਪਾਸੇ 19 ਦੇ ਵਿੱਚ ਉਹ ਨਾਅਰਾ ਦਿੰਦਾ ਹੈਗਾ ਕਿ ਵਿਰੋਧ ਮੁਕਤ ਭਾਰਤ ਦੀ ਉਸਾਰੀ ਕਰਨੀ ਹੈ। ਤੁਸੀਂ ਦੇਖਿਆ ਹੋਊਗਾ ਕਿ ਜਦੋਂ ਇਹਨਾਂ ਦੀਆਂ ਚੀਜ਼ਾਂ ਨੂੰ ਲੈ ਕੇ ਆ ਰਿਹਾ ਤਾਂ ਵਿਰੋਧ ਮੁਕਤ ਭਾਰਤ ਦੇ ਵਿੱਚ ਜਿਹੜੀ ਵਿਰੋਧੀ ਧਿਰ ਦੀ ਜਿਹੜੀ ਮੌਜੂਦਗੀ ਉਹਨੂੰ ਖਤਮ ਕਰਨ ਦੇ ਨਾਂ ਦੇ ਉੱਤੇ ਜਦੋਂ ਲੈ ਕੇ ਆ ਰਿਹਾ ਤਾਂ ਲਾਜ਼ਮੀ ਤੌਰ 'ਤੇ ਸਾਰੇ ਵਿਰੋਧਾਂ ਨੂੰ ਖਤਮ ਕਰਨ ਦੀ ਗੱਲ ਕਰਦਾ ਹੈਗਾ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਜਦੋਂ ਇਹੀ ਜਿਹੀ ਹਾਲਤ ਹੋਵੇ
ਤੇ ਜਿਹੜੀਆਂ ਉਹ ਬਹੁਤ ਮੁਕਤ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਪ੍ਰਤੀ ਸਾਡਾ ਵੀ ਕੀ ਰੁਪਈਆ ਹੋਵੇ, ਸਾਡੀ ਇਸ ਮੋਰਚੇ ਦਾ ਕੀ ਰੁਪਈਆ ਰਵੱਈਆ ਹੋਊਗਾ, ਇਸ ਬਾਰੇ ਵੀ ਸਾਨੂੰ ਪੂਰੇ ਸੁਚੇਤ ਰੂਪ ਦੇ ਵਿੱਚ ਹੈਗਾ ਉਹ ਸੋਚਣਾ ਬਣਦਾ ਹੈਗਾ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਅੱਜ ਜਦੋਂ ਇਸ ਰੂਪ ਦੇ ਵਿੱਚ ਅਸੀਂ ਬੈਠੇ ਹਾਂ, ਵੱਖ ਵੱਖ ਥਾਵਾਂ ਦੇ ਉੱਤੇ, ਵੱਖ ਵੱਖ ਧਿਰਾਂ ਦੇ ਵਿੱਚ, ਵੱਖ ਵੱਖ ਮਤਲਬ ਤਬਕਿਆਂ ਦੇ ਵਿੱਚ ਜਦੋਂ ਇਹਨਾਂ ਨੀਤੀਆਂ ਦੇ ਖਿਲਾਫ ਸੰਘਰਸ਼ ਫੁੱਟ ਰਹੇ ਨੇ, ਜਦੋਂ ਆਪਣੇ ਆਪਣੇ ਪੱਧਰ ਦੇ ਉੱਤੇ ਇੱਥੋਂ ਦੇ ਲੋਕ, ਭਾਰਤ ਦੇ ਮਿਹਨਤਕਸ਼ ਲੋਕ ਆਪਣੀਓ ਇਸ ਭਰਾਵਾਂ ਨੂੰ ਜ਼ਿੰਦਗੀ ਤੋਂ ਨਿਜਾਤ ਦਿਵਾਉਣ ਲਈ ਜਾਂ ਇੱਥੋਂ ਦੇ ਜੰਗੀਰੂ ਸਿਸਟਮ ਤੋਂ ਨਿਜਾਤ ਲੈਣ ਦੇ ਲਈ ਆਪਣੇ ਸੰਘਰਸ਼ਾਂ ਦੇ ਰਾਹ ਪਏ ਹੋਏ ਨੇ, ਤਾਂ ਸਾਡੀਆਂ ਧਿਰਾਂ ਦਾ ਇੱਕ ਵੱਡਾ ਜਿਹੜਾ ਫਰਜ਼ ਬਣਦਾ ਕਿ ਉਹ ਵੱਜਵੇਂ ਰੂਪ ਦੇ ਵਿੱਚ ਆਪਣੇ ਜਿਹੜੀਆਂ ਆਪਣੀਆਂ ਜਿਹੜੀਆਂ ਹੈਗੀਆਂ ਸਰਗਰਮੀਆਂ ਹੈਗੀਆਂ ਉਹਨਾਂ ਨੂੰ ਹੋਰ ਲਾਜ਼ਮੀ ਤੌਰ 'ਤੇ ਅੱਗੇ ਲੈ ਕੇ ਜਾਵੇ। ਮੈਂ ਪਿਛਲੇ ਦਿਨਾਂ ਦੇ ਵਿੱਚ ਹੀ ਮੌਜੋ ਵਾਲਾ ਕੋਲ ਲੀਡਰਸ਼ਿਪ ਦਾ ਮਤਲਬ ਥੋੜ੍ਹੀ ਜਿਹੀ ਗੱਲਬਾਤ ਕਰਨੀ ਚਾਹਾਂਗਾ ਕਿ ਮੌਜੋ ਪਿੰਡ ਦੇ ਵਿੱਚ ਬਕਾਇਦਾ ਤੌਰ 'ਤੇ ਜਾਤੀ ਦਾਬੇ ਦੇ ਮਤਲਬ ਨਾਂ ਦੇ ਉੱਤੇ ਇੱਕ ਗਰੀਬ ਮਜ਼ਦੂਰ ਦਾ ਵੱਡੇ ਗੇਟ ਦੇ ਉੱਤੇ ਵਾਰਨਿੰਗ ਕੱਢਣ ਦਿੱਤਾ ਜਾ ਰਿਹਾ ਸੀ। ਦੂਜੇ ਪਾਸੇ ਜਦੋਂ ਉੱਥੋਂ ਦੇ ਲੋਕਾਂ ਨੇ, ਮਿਹਨਤਕਸ਼ ਲੋਕਾਂ ਨੇ ਇਸ ਗੱਲ ਨੂੰ ਲੈ ਕੇ ਆਉਂਦਾ ਕਿ ਗਰੀਬ ਪਰਿਵਾਰ ਦਾ ਹੱਕ ਵੀ ਇਸ ਰਾਹ ਦੇ ਉੱਤੇ ਬਣਦਾ ਹੈਗਾ, ਕਿਉਂਕਿ ਇੱਕ ਸਰਕਾਰੀ ਜਿਹੜੀ ਜਗ੍ਹਾ ਹੈਗੀ ਉਹ ਸਰਕਾਰੀ ਜਿਹੜਾ ਰਾਹ ਹੈਗਾ ਇਹ ਕੋਈ ਕਿਸੇ ਦਾ ਛੱਡਿਆ ਹੋਇਆ ਰਾਹ ਨਹੀਂ ਹੈਗਾ। ਉਹਦੇ ਵਿੱਚ ਪਿੰਡ ਦੀ ਪੰਚਾਇਤ ਤੋਂ ਲੈ ਕੇ ਇੱਕ ਸਰਪੰਚ ਨੇ ਜਦੋਂ ਹਾਂ ਦਾ ਨਾਅਰਾ ਮਾਰਦਾ, ਸਾਡੀਆਂ ਜਥੇਬੰਦੀਆਂ ਉੱਥੇ ਬਕਾਇਦਾ ਤੌਰ 'ਤੇ ਇਕੱਠੀਆਂ ਹੋ ਕੇ ਉਸ ਰਾਹ ਨੂੰ ਖੁਲਵਾਉਣ ਦੇ ਲਈ ਜਾਂਦੀਆਂ ਨੇ, ਤਾਂ ਰਾਹ ਤਾਂ ਖੁਲਵਾ ਦਿੰਦੀਆਂ ਨੇ, ਪਰ ਉੱਥੋਂ ਦੀ ਜਿਹੜੀ ਸਿਆਸੀ ਚੌਧਰੀ ਲੋਕ ਨੇ ਉਹ ਜਿਹੜੇ ਲੋਕ ਉੱਥੋਂ ਦੇ ਉਹ ਸਰਪੰਚ ਨਾਲ ਅਤੇ ਉੱਥੋਂ ਦੇ ਲੋਕਾਂ ਨਾਲ ਕਿਹੋ ਜਿਹਾ ਵਰਤਾਅ ਕਰਦੇ ਨੇ ਉਹ ਪਿਛਲੇ ਦਿਨੀ ਇੱਕ ਹੋਰ ਘਟਨਾ ਦੇ ਰੂਪ ਦੇ ਵਿੱਚ ਸਾਹਮਣੇ ਆਇਆ ਹੈਗਾ। ਉਹ ਕੀ ਕਿਵੇਂ ਆਇਆ ਸਾਹਮਣੇ ਕਿ ਉਹ ਲਗਾਤਾਰ ਉਸ ਪਿੰਡ ਦੇ ਉਹਨਾਂ ਮਜ਼ਦੂਰਾਂ ਨੂੰ ਟੋਰਚਰ ਕਰ ਰਹੇ ਨੇ। ਮੈਂ ਜਦੋਂ ਕੱਲ੍ਹ ਹੀ ਗੱਲ ਉਹਨਾਂ ਨਾਲ ਕਰ ਰਿਹਾ ਸੀਗਾ ਕਿ ਜਦੋਂ ਅਸੀਂ ਕਿਸੇ ਵੀ ਮਾੜੇ ਮੋਟੇ ਕੰਮ ਧੰਦੇ ਜਾਂਦੇ ਹਾਂ, ਉੱਥੇ ਦੇ ਜਿਹੜੇ ਮਤਲਬ ਉਸ ਕਿਸੇ ਦੇ ਘਰਮ ਚੌਧਰੀ ਨੇ ਜਿਹੜੇ ਇਸ ਗੱਲ ਤੋਂ ਔਖੇ ਨੇ, ਉਹ ਮਤਲਬ ਬਕਾਇਦਾ ਤੌਰ 'ਤੇ ਗਰੀਬ ਲੋਕਾਂ ਨੂੰ ਇਸ ਗੱਲ ਦੀ ਟੋਰਚਰ ਕਰਦੇ ਨੇ, ਮਤਲਬ ਉੱਥੋਂ ਦੀਆਂ ਧੀਆਂ ਭੈਣਾਂ ਨੂੰ ਵੀ ਟੋਰਚਰ ਕਰਦੇ ਨੇ ਕਿ ਤੁਸੀਂ ਇਸ ਕਿਸਮ ਦਾ ਜਿਹੜਾ ਹੈਗਾ ਸਾਥ ਦੇ ਕੇ ਉਹਨਾਂ ਲੋਕਾਂ ਦਾ ਤੁਸੀਂ ਸਾਡੇ ਵਿਰੁੱਧ ਖੜ੍ਹੇ ਹੋਏ ਹੋ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੇਖਦੇ ਹਾਂ ਅਤੇ ਅੱਜ ਤੁਸੀਂ ਸਾਡੇ ਕੋਲ ਆ ਗਏ, ਜਿਹਨੂੰ ਅਸੀਂ ਅਣਐਲਾਨੀ ਐਮਰਜੈਂਸੀ ਕਹਿ ਦਿੰਦੇ ਹਾਂ, ਉਸ ਪਿੰਡ ਦੇ ਵਿੱਚ ਉਸ ਕਿਸਮ ਦੀ ਅਣਐਲਾਨੀ ਐਮਰਜੈਂਸੀ ਦੇ ਰੂਪ ਦੇ ਵਿੱਚ ਮਤਲਬ ਹੈਗੀ ਹੈ। ਅਸੀਂ ਜਦੋਂ ਪਿਛਲੇ ਦਿਨਾਂ ਦੇ ਵਿੱਚ SHP ਨੂੰ ਮਿਲਣ ਗਏ ਤਾਂ SHP ਇਹ ਕਹਿੰਦਾ ਮਤਲਬ ਉਹਨੇ ਕਿਹਾ, ਕਹਿੰਦਾ ਵੀ ਜਿਹੜੀ ਲੇਡੀਜ਼ ਹੈ ਸਰਪੰਚ ਲੇਡੀਜ਼ ਆ ਉਹਨੇ ਟੋਰਚਰ ਹੁੰਦੀ ਹੋਈ ਨੇ ਮਤਲਬ ਇੱਥੋਂ ਤੱਕ ਫੈਸਲਾ ਕਰ ਲਿਆ ਕਿ ਉਹਨੇ ਖੁਦਕੁਸ਼ੀ ਦਾ ਰਾਹ ਅਪਣਾ ਲਿਆ, ਪਰ ਉਸ ਨੂੰ ਮਤਲਬ ਜਿਹੜਾ ਹੈਗਾ ਗਾ ਉਹ ਇਸ ਹਾਲਤ ਦੇ ਵਿੱਚ ਛੇਤੀ ਉਹ ਹਸਪਤਾਲ ਦੇ ਵਿੱਚ ਪਹੁੰਚ ਗਈ ਅਤੇ ਜਿਸਦਾ ਕਰਕੇ ਉਹ ਬਚ ਗਈ। ਜਦੋਂ ਅਸੀਂ SHP ਨਾਲ ਇਸ ਪੱਧਰ 'ਤੇ ਗੱਲ ਕੀਤੀ ਤਾਂ ਤੁਸੀਂ ਦੇਖੋ ਵੀ SHP ਦੀ ਇੰਨੀ ਬਸ਼ਰਮਗੀ ਵਾਲੀ ਗੱਲ ਕਿ ਉਹ ਇਹ ਕਹਿੰਦਾ ਗਾ ਕਿ ਦੇਖੋ ਜੀ ਉਹਨਾਂ ਦੇ ਉੱਤੇ ਤਾਂ ਕੋਈ ਕੇਸ ਬਣਦਾ ਨਹੀਂ ਗਾ, ਜਿਹੋ ਜਿਹੇ ਤੁਹਾਡੇ ਬਿਆਨ ਨੇ ਉਹਨਾਂ ਦੇ ਉੱਤੇ ਜਿਹੜੇ ਘਰਮ ਚੌਧਰੀ ਟੋਰਚਰ ਕਰਦੇ ਨੇ, ਇੱਕ ਗਰੀਬ ਔਰਤ ਨੂੰ ਟੋਰਚਰ ਕਰਦੇ ਨੇ, ਇੱਕ ਮੌਜੂਦਾ ਸਰਪੰਚ ਨੂੰ ਟੋਰਚਰ ਕਰਦੇ ਨੇ, ਫਿਰ ਗਰੀਬਾਂ ਨੇ ਜਿਹੜੀ ਹੱਕ ਦੇ ਵਿੱਚ ਖੜ੍ਹਦੀ ਹੋਈ ਲੇਡੀਜ਼ ਆ ਉਹਨੂੰ ਟੋਰਚਰ ਕਰਦੇ ਨੇ, ਉਹਨਾਂ ਦੇ ਖਿਲਾਫ ਤਾਂ ਕੋਈ ਕੇਸ ਨਹੀਂ ਬਣਦਾ। ਹਾਂ ਕਹਿੰਦੇ ਇੱਕ ਕੇਸ ਜ਼ਰੂਰ ਬਣਦਾ, ਉਹ ਇਸ ਸਰਪੰਚ ਜਿਹੜੀ ਲੇਡੀ ਸਰਪੰਚ ਜਿਹੜੀ ਖੁਦਕੁਸ਼ੀ ਕਰਦੀ ਆ ਉਹਦੇ 'ਤੇ ਖੁਦਕੁਸ਼ੀ ਮਤਲਬ ਆਪਣੇ ਆਪ ਦੇ ਵਿੱਚ ਖੁਦਕੁਸ਼ੀ ਕਰਨ ਦਾ ਕੇਸ ਜ਼ਰੂਰ ਬਣਦਾ ਗਾ। ਤਾਂ ਜਦੋਂ ਅਸੀਂ ਇਸ ਗੱਲ ਦਾ ਦਬਾਅ ਪਾਇਆ ਤਾਂ ਹੁਣ ਜਾ ਕੇ ਮਤਲਬ ਇੱਕ ਹਫ਼ਤੇ ਦਾ ਟਾਈਮ ਉਹਨਾਂ ਨੇ ਲਿਆ ਗਿਆ ਕਿ ਅਸੀਂ ਤੁਹਾਡੇ, ਪਰ ਮੇਰੇ ਕਹਿਣ ਦਾ ਮਤਲਬ ਇਹ ਹੈਗਾ